ਜਲੰਧਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਕਿਸ਼ਨਪੁਰਾ ਨਜ਼ਦੀਕ ਤਾਣਕਿਆਂ ਮੁਹੱਲਾ 'ਚ ਕੁਝ ਹਥਿਆਰਬੰਦ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਨੌਜਵਾਨ ਦੇ ਘਰ ਵਿੱਚ ਵੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਮਲੇ ਦੇ ਸ਼ਿਕਾਰ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਉਹ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਉਕਤ ਨੌਜਵਾਨਾਂ ਨੇ ਉਸ ਦੇ ਘਰ ਵਿੱਚ ਵੜ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੇ ਭਰਾ ਅਤੇ ਭਰਜਾਈ ਦੇ ਵੀ ਸੱਟਾਂ ਲੱਗੀਆਂ ਹਨ। ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਹਾਡਾ ਕੀ ਮਸਲਾ, ਕੀ ਹੋਇਆ ਤੁਹਾਡਾ? ਮਸਲਾ ਭਾਈ, ਮੈਂ ਘਰ ਆਇਆ, ਉਹਨਾਂ ਦੇ ਨਾਲ ਮੇਰਾ ਪਹਿਲੇ ਦੇ ਮਤਲਬ ਕਿ ਕੋਈ ਪਤਾ ਨਹੀਂ ਸੀਗਾ, ਠੀਕ ਹੈ ਨਾ। ਮੈਂ ਘਰ ਆਇਆ, ਮੇਰੀ ਭਰਜਾਈ ਸੀ ਇਕੱਲੀ, ਡੈਡੀ ਹੁਣ ਮੇਰੇ ਕਿਤੇ ਗਏ ਹੋਏ ਆ। ਮੈਂ ਉਹਨਾਂ ਨੂੰ ਮਤਲਬ ਘਰ ਆ ਕੇ ਮੈਂ ਚੁੱਪ ਚਾਪ ਕੀਤਾ ਤਾਂ ਇੰਨੀ ਦੇਰ 'ਚ ਉਹ ਆ ਗਏ। ਕੌਣ? ਅਰੁਣ ਹੋਣੇ, ਰਮਨ ਹੋਣੇ, ਜਿਹਨਾਂ ਨਾਲ ਮੇਰੀ ਲੱਗਦੀ ਆ, ਠੀਕ ਆ। ਮੈਨੂੰ ਕੋਈ ਗੱਲ ਜਿੱਦਾਂ ਨਹੀਂ ਪਤਾ, ਕੋਈ ਬਾਤ ਦਾ ਨਹੀਂ ਪਤਾ। ਮੈਂ ਘਰ ਜਾ ਕੇ ਆਰਾਮ ਨਾਲ ਖੜਾ ਹੋਇਆ ਤਾਂ ਇੰਨੀ ਦੇਰ 'ਚ ਮੇਰਾ ਭਰਾ ਮੇਰੀ ਭਰਜਾਈ 'ਤੇ ਅਤੇ ਮੇਰੇ 'ਤੇ ਹਮਲਾ ਬੋਲਤਾ। ਹਮਲਾ ਕਰਨ ਵਾਲੇ ਦਾ ਪਤਾ ਨਹੀਂ। ਹਮਲਾ ਕਰਨ ਵਾਲੇ ਕਿੰਨੇ ਜਣੇ ਸੀ? ਹਮਲਾ ਕਰਨ ਵਾਲੇ ਜਿਹਨੇ 4-5 ਦੇ ਨਾਮ ਮੈਂ ਯਾਦ ਕਰ ਜਾਣਦਾ। ਅਤੇ ਉਹਨਾਂ ਨੇ ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ 'ਤੇ? ਸਰ ਪਤਾ ਨਹੀਂ, ਉਹਨੇ ਰਾਡ ਰੂਡ ਫੜੀ ਹੋਈ ਸੀ ਅਤੇ ਹੋਰ ਵੀ ਕੁਛ ਹਥਿਆਰ ਫੜੇ ਹੋਏ ਸੀ, ਆਪਾਂ ਨੂੰ ਨਹੀਂ ਪਤਾ। ਇੱਟ ਉੱਟ ਵੀ ਫੜੀ ਹੋਈ ਸੀ। ਹਾਂਜੀ, ਕੀ ਨਾਮ ਜੀ ਤੁਹਾਡਾ? ਹਾਂਜੀ, ਕੀ ਹੋਇਆ ਜੀ ਅੱਜ? ਉਹ ਗੋਰ ਦੇ ਮੁੰਡੇ ਸਾਡੇ ਇੱਥੇ ਦਰਬਾਰ ਬਾਹਰ ਆ ਕੇ ਲੜਾਈ ਕੀਤੀ ਗੋਰ ਨਾਲ, ਅਤੇ ਉਹਨਾਂ ਦੇ ਫਾਦਰ ਬੋਰਡਰ ਅਤੇ ਮੰਮੀ ਮੀਨਾ ਅੰਦਰ ਆ ਗਿੱਤਾ ਉੱਤਾ ਮਾਲਾ, ਅਤੇ ਮੈਨੂੰ ਕੁੱਟਣ ਲੱਗ ਗਿਆ ਮੁੰਡਾ ਨੇ, ਮੈਨੂੰ ਫੜ ਲਿਆ ਅਤੇ ਉਹਨੇ ਬੂਟੇ ਨੇ ਫੜ ਲਿਆ, ਮੇਰੇ ਨਾਲ ਵੀ ਉਹਨਾਂ ਹੱਥਾਪਾਈ ਕੀਤੀ, ਸਾਡੇ ਅੰਦਰ ਆ ਕੇ ਇੱਟਾ ਉੱਟਾ ਮਾਰੀ ਉਹਨਾਂ ਨੇ, ਅਤੇ ਸਾਡੇ ਘਰ ਆ ਕੇ ਵੀ ਮੈਨੂੰ ਵੀ ਮਾਰਿਆ ਕੁੱਟਿਆ ਉਹਨਾਂ ਨੇ, ਅਤੇ ਮੇਰੇ ਘਰ ਵਾਲੇ ਵੀ ਮਾਰਿਆ, ਬਹੁਤ ਕੁੱਟਿਆ ਉਹਨਾਂ ਨੇ। ਮੈਂ ਘਰ ਇਕੱਲੀ ਸੀਗੀ, ਉਹਨਾਂ ਸਾਰਾ ਪਰਿਵਾਰ ਸਾਡੇ ਅੰਦਰ ਵੜ ਕੇ ਸਾਨੂੰ ਕੁੱਟਣ ਲੱਗ ਗਏ, ਸਾਰਿਆਂ ਨੂੰ ਆ ਗਏ ਸੀ। ਤੁਸੀਂ ਮੌਕੇ 'ਤੇ ਪੁਲਿਸ ਬੁਲਾਇਆ? ਅਸੀਂ ਪੁਲਿਸ ਬੁਲਾਈ ਸੀਗੀ, ਪੁਲਿਸ ਆ ਗਈ ਸੀ, ਆਪਣੀ ਕਾਰਵਾਈ ਕਰਕੇ ਚਲੀ ਗਈ ਸੀ। ਪੁਲਿਸ ਨੂੰ ਦੱਸਿਆ ਸਾਰਾ ਕੁਛ, ਸਾਰਾ ਕੁਛ ਦੱਸਿਆ ਪੁਲਿਸ ਵਾਲਿਆਂ ਨੇ। ਅਤੇ ਕਿਸੇ ਦੇ ਸੱਟ ਸੁੱਟ ਤਾਂ ਨਹੀਂ ਲੱਗੀ? ਲੱਗੀ ਹੋਈ ਮੇਰੇ ਦੇਵਰ ਗੌਰਵ ਦੇ ਸੱਟ ਲੱਗੀ ਆ। ਹੋਸਪਿਟਲ 11th ਕਲਾਸ 'ਚ ਪੜ੍ਹਦਾ ਉਹ, ਹੋਸਪਿਟਲ ਸਟਾਫ 'ਚ ਦਾਖਲ ਕਰਾਇਆ ਹੋਇਆ।